ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਦਿਨਾਂ ਲਈ ਦੇਸ਼ ਨੂੰ ਲੋਕਡਾਊਨ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਪਹਿਲੇ ਹੀ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਕਿਸੇ ਵੀ ਵਰਗ ਦੇ ਲੋਕਾਂ ਨੂੰ ਬਾਹਰ ਆਉਣ ਦੀ ਆਗਿਆ ਨਹੀਂ ਹੈ। ਪਰ ਉਹਨਾਂ ਗਰੀਬ ਲੋਕਾਂ ਦਾ ਕੀ ਹੋਵੇਗਾ ਜੋ ਇੱਕ ਦਿਨ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਅਜਿਹੇ ਗਰੀਬ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਮਰਨ ਦਾ ਤਾਂ ਪਤਾ ਨਹੀਂ, ਪਰ ਉਹ ਭੁੱਖ ਕਾਰਨ ਜ਼ਰੂਰ ਮਰ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਸਰਕਾਰ ਗਰੀਬ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਵੇ ਜਾਂ ਫਿਰ ਉਹਨਾਂ ਨੂੰ ਗੋਲੀ ਮਾਰ ਕੇ ਕੋਰੋਨਾ ਦੇ ਭੁੱਖ ਕਾਰਨ ਮਰਨ ਤੋਂ ਬਚਾ ਲਵੇ। ਉਹਨਾਂ ਨੇ ਰੋ ਰੋ ਕੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਗਰੀਬ ਲੋਕਾਂ ਦਾ ਵੀ ਸੋਚੋ ਜੋ ਆਪਣਾ ਕੰਮ ਕਾਰ ਛੱਡ ਕੇ ਘਰ ਬੈਠੇ ਹਨ। ਨਹੀਂ ਜੀ, ਕੱਖ ਨਹੀਂ ਮਿਲੀ, ਕੋਈ ਚੀਜ਼ ਨਹੀਂ ਮਿਲਦੀ ਪਈ ਲੋਕਾਂ ਨੂੰ। ਸਬਜ਼ੀ ਭਾਜੀ ਆਟੇ ਤੋਂ ਆਥੜ ਹੋਏ ਦੇ ਨੇ, ਰੋਟੀ ਪਾਣੀ ਲੋਕ ਕਿੱਥੋਂ ਖਾਣ? ਕੋਈ ਗਰੀਬਾਂ ਨੂੰ ਕੋਈ ਦਿੰਦਾ ਪਿਆ? ਇੱਥੇ ਕੁਛ ਨਹੀਂ ਦਿੰਦਾ, ਬੰਦਰ ਵਾਰਦੇ ਨੇ, ਲੋਕ ਵਰ ਜਾਂਦੇ ਨੇ, ਨਾ ਕੋਈ ਸੌਦਾ, ਨਾ ਪੱਤਰ, ਨਾ ਲੈਣੀ ਨਾ ਦੇਣੀ, ਭੁੱਖੇ ਮਰਦੀ ਪਈ ਹੈ ਜਨਤਾ। ਹੋਰ ਦੱਸੋ ਕੀ ਕਰੀ, ਕਿੱਥੋਂ ਲਿਆਈਏ ਜਾ ਕੇ ਰਾਸ਼ਨ ਪਾਣੀ? ਡਿਪੂ ਵਾਲੇ ਵੀ ਨਹੀਂ ਕਣਕ ਦਿੱਤੀ, ਉਹ ਮਿਲ ਜੇ ਉਹਨਾਂ ਵੀ ਨਹੀਂ ਦਿੱਤੀ, ਦੋ ਤਿੰਨ ਡਿਪੂ ਤਾਂ ਆਈ ਨਹੀਂ, ਜਿਹਨਾਂ ਨੂੰ ਮਿਲ ਗਈ ਸਾਨੂੰ ਨਹੀਂ ਮਿਲੀ ਕਿਤੇ ਵੀ। ਅਸੀਂ ਵੱਡੀਆਂ ਸੜਕਾਂ 'ਚ ਹੁਣ ਕਿੱਥੇ ਤੁਰ ਜਾਈਏ ਦੱਸੋ? ਅਸੀਂ ਤਾਂ ਬੜੇ ਆਥਰ ਹੋਏ ਦੇ ਹਾਂ, ਕੁਝ ਇੱਦਾਂ ਮਰਦੇ ਪਏ ਨੇ, ਕੁਝ ਭੁੱਖੇ ਮਰ ਜਾਣੇ ਨੇ, ਕੁਝ ਇੱਦਾਂ ਡਾਂਗ ਸੋਟਿਆਂ ਨਾਲ ਮਰਦੇ ਨੇ ਪਏ। ਅਤੇ ਜੋ ਸਰਕਾਰ ਕਰਦੀ ਪਈ ਹੈ ਠੀਕ ਕਰਦੀ ਪਈ, ਹੋਰ ਕੀ ਕਰਨਾ? ਗਰੀਬਾਂ ਨੇ ਕੀ ਆਖਣਾ, ਗਰੀਬਾਂ ਤਾਂ ਇਹੋ ਕੁਛ ਹੀ ਹੈ। ਹੋਰ ਦੱਸੋ ਵੀ ਇੰਤਜ਼ਾਰ ਜੋੜ ਕੇ ਕੋਈ ਦਿਓ ਖਰਚਾ ਪਾਣੀ, ਫਿਰ ਤਾਂ ਕੋਈ ਸੁਣਾਈ ਹੋਏ, ਕੋਈ ਰਾਸ਼ਨ ਪਾਣੀ ਦਿਓ ਗਰੀਬਾਂ ਨੂੰ, ਕੋਈ ਗਰੀਬਾਂ ਦੀ ਸੁਣਾਈ ਕਰੋ ਥੋੜ੍ਹੀ ਬਹੁਤੀ। ਆਹੋ, ਜਿਹੜੇ ਵਿਚਾਰੇ ਰਸ਼ਕਾ ਵਾਹਣ ਵਾਲੇ, ਠੇਲਾ ਵਾਹਣ ਵਾਲੇ ਨੇ, ਘਰ ਬਹਿ ਗਏ ਨੇ, ਰਸ਼ਕੇ ਵਾਹਣ ਵਾਲੇ ਬਹਿ ਗਏ ਨੇ, ਤਾਂ ਰੋਟੀ ਕਿੱਥੋਂ ਖਾਣੀ ਹੈ? ਅੱਜ 5-6 ਦਿਨ ਹੋ ਗਿਆ ਦੁਨੀਆਂ ਨੂੰ ਇੱਦਾਂ ਹੀ, ਸਾਨੂੰ ਕੋਈ ਦੇ ਦਿੰਦਾ ਹੀ ਨਹੀਂ ਤੇ ਭੁੱਖੇ ਮਰਨ ਦੇ ਰਿਹਾ। ਕੀ ਕੰਮ ਕਰਦੇ ਤੂੰ? ਕੰਮ ਮੈਂ ਪਹਿਲਾਂ ਸਟਿਕਰਾਂ ਕਰਦਾ ਕਰਦਾ ਹਾਂ, ਹੁਣ ਮੈਂ ਕੋਈ ਕੰਮ ਨਹੀਂ ਕਰਦਾ, ਵਿਹਲੇ ਰਹਿੰਦਾ। ਕਿੱਦਾਂ ਚੱਲਦਾ ਤੁਹਾਡਾ ਗੁਜ਼ਾਰਾ? ਇੱਦਾਂ ਮੰਗ ਮੁੰਗ ਕੇ ਕਿਸੇ ਕੋਈ ਖਾ ਪੀ ਕੇ, ਮੰਗ ਮੁੰਗ ਕੇ ਖਾ ਖੂ ਲਈਦੀ ਹੈ, ਘਰ ਕਾਰੋਬਾਰ ਹੁੰਦਾ ਨਹੀਂ। ਹੁਣ ਕੀ ਬੇਨਤੀ ਕਰਦੇ ਸਰਕਾਰਾਂ ਨੂੰ? ਸਰਕਾਰਾਂ ਨੂੰ ਇਹ ਆਉਂਦੇ ਆ ਵੀ ਸਾਨੂੰ ਕੋਈ ਨਾ ਕੋਈ ਦੇਣ, ਅਸੀਂ ਭੁੱਖੇ ਮਰਨ ਦੇ ਰਹੇ ਹਾਂ, ਹੋਰ ਅਸੀਂ ਸਰਕਾਰ ਨੂੰ ਕੀ ਆਖਣਾ ਸਰ? ਇਹ ਨਾ ਸਰਕਾਰਾਂ ਜਿਹੜੀਆਂ ਲੋਲੀਪੋਪ ਦੇ ਰਹੀਆਂ ਨੇ, ਕੋਈ ਵੀ ਰੀਜ਼ਨ ਖਾਸ ਨਹੀਂ ਲੈ ਰਹੀਆਂ ਕੋਈ ਵੀ ਐਕਸ਼ਨ ਤੱਕ ਕਿਸੇ ਤਰ੍ਹਾਂ ਦਾ। ਜਿੰਨੇ ਵੀ ਲੋਕ ਹੈਗੇ ਨਾ ਜੀ, ਜੇ ਦੇਖੋ ਤੁਸੀਂ, ਜੇ ਵੋਟਾਂ ਦਾ ਦੌਰ ਹੋਏ ਤਾਂ ਘਰ ਘਰ ਆਣਗੇ, ਸ਼ਰਾਬਾਂ ਦੀਆਂ ਪੇਟੀਆਂ ਦਿੰਦੇ ਨੇ, ਨਾਲ ਨੋਟ ਦਿੰਦੇ ਨੇ, ਇੱਥੋਂ ਤੱਕ ਕਿੱਟਾਂ ਦਿੰਦੇ ਨੇ, ਸਭ ਕੁਝ ਦਿੰਦੇ ਨੇ। ਮੈਂ ਸਾਰੀਆਂ ਸਰਕਾਰਾਂ ਨੂੰ ਵਿੱਚ ਇਹ ਕਹਾਂਗਾ, ਇਹ ਨਹੀਂ ਵੀ ਮੈਂ ਜਾਂ ਫਲਾਣੇ ਨੂੰ ਢਿੰਗ ਰਹੇ ਨੂੰ ਸਾਡਾ, ਹਰ ਸਰਕਾਰਾਂ ਦਾ ਰਾਈਟ ਬੰਦਾ ਇਸ ਵਕਤ ਜਿਸ ਤਰ੍ਹਾਂ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਰੋੜਾਂ ਦੀ ਵਾਰਿਸ ਜੋ ਚੱਲ ਰਿਹਾ ਹੈ, ਉਹਨੂੰ ਦੇਖਦੇ ਹੋਏ ਹਰ ਮੰਤਰੀ ਦਾ, ਹਰ ਵਿਧਾਇਕ ਦਾ ਫਰਜ਼ ਬਣਦਾ ਆਪਣੇ ਆਪਣੇ ਇਲਾਕੇ ਦੇ ਵਿੱਚ ਸੈਨੀਟਾਈਜ਼ ਸਮਝਣ ਨੇ, ਮਾਸਕ ਵਗਣੇ, ਇਹਨਾਂ ਨੇ ਕੁਛ ਨਹੀਂ ਕੀਤਾ ਅੱਜ ਤੱਕ। ਜਦੋਂ ਵੋਟਾਂ ਦੀਆਂ ਉਦੋਂ ਆਉਂ ਆ ਜਾਂਦਾ ਵੀ ਜਿਵੇਂ ਇਹਨਾਂ ਕੋਈ ਰਿਸ਼ਤੇਦਾਰੀ ਹੁੰਦੀ ਸਾਡੇ ਨਾਲ, ਅਤੇ ਜਦੋਂ ਸਾਡੀ ਗਰੀਬਾਂ ਦੀ ਹੋਣ ਨਹੀਂ ਬਾਹਾਂ ਫੜਨੀ ਤਾਂ ਬਾਅਦ ਕਦੋਂ ਬਾਹਾਂ ਫੜਨੀ ਆ? ਤੁਸੀਂ ਦੇਖੋ ਕਿ ਹੁਣ ਇਸ ਵਕਤ, ਕੱਲ੍ਹ ਸਾਡੇ ਕੈਂਪ 'ਚ ਮੁੰਡਾ ਮਰ ਗਿਆ ਸੀ, 108 ਐਂਬੂਲੈਂਸ ਨੂੰ ਅਸੀਂ 800 ਫੋਨ ਕਰ ਦਿੰਦਾ, ਕਿਸੇ ਐਂਬੂਲੈਂਸ ਵਾਲੇ ਫੋਨ ਨਹੀਂ ਚੁੱਕਿਆ। ਬਾਅਦ 'ਚ ਪੁਲਿਸ ਵਾਲਿਆਂ ਦੀ ਗੱਡੀ ਆ ਜਿਹੜੀ, ਉਹਨਾਂ ਦੇ ਵਿੱਚ ਪਾ ਕੇ ਜੇ ਮੁੰਡਾ ਖੜਿਆ ਹੋਸਪਿਟਲ ਦੇ ਵਿੱਚ, ਤਾਂ ਉੱਥੇ ਜਾਣ ਕੇ ਮੁੰਡੇ ਦੀ ਡੈਥ ਹੋ ਗਈ ਜਾਂਦੇ ਸਾਰ ਹੀ, ਉਹਨੂੰ ਖੂਨ ਦੀਆਂ ਉਲਟੀਆਂ ਸੀ, ਕੋਈ ਹੋਰ ਪ੍ਰੋਬਲਮ ਨਹੀਂ ਸੀ ਹੈਗੀ। ਬਟ ਕਹਿਣ ਦਾ ਭਾਵ ਹੈ ਵੀ ਜੇ ਸਰਕਾਰਾਂ ਨੇ ਮਦਦ ਨਹੀਂ ਕਰਨੀ ਤਾਂ ਫਿਰ ਕੀ ਲੋੜ ਹੈ ਇਹ ਫੈਸਿਲਿਟੀਆਂ ਦੇ ਹੈਲਪਲਾਈਨ ਨੰਬਰ ਯੂਜ਼ ਆਪਣੇ ਸ਼ੋਅ ਕਰਨ ਦੀ? ਆਪਾਂ 10-10, 20-20, 50-100 ਇਕੱਠਾ ਕਰ ਗਏ, ਅਤੇ ਉਹ ਮੁੰਡੇ ਉੱਤੇ ਬਲਨ ਪਾਇਆ, ਅਗਰਾਈ ਕਰ ਗਏ, ਅਤੇ ਕੱਲ੍ਹ ਸਾਰਾ ਉਹਦਾ ਸੰਸਕਾਰ ਵਗੈਰਾ ਕੀਤਾ। ਸੋ ਸਰਕਾਰਾਂ ਜਿਹੜੀਆਂ, ਇਹਨਾਂ ਨੂੰ ਸ਼ਰਮ ਵਿੱਚ ਨੱਕ ਡੁੱਬ ਕੇ ਮਰ ਜਾਣਾ ਚਾਹੀਦਾ। ਦੇਖੋ ਜੀ, ਜਿਹੜੇ ਨੰਬਰ ਦਿੱਤੇ ਨੇ DC ਨੇ ਸ਼ੋਰ ਕੀਤੇ, ਦੂਜਿਆਂ ਨੇ ਸ਼ੋਰ ਕੀਤੇ, ਉਹ ਨੰਬਰ ਚੱਲਦੇ ਥੋੜ੍ਹਾ ਪਏ ਨੇ, ਉਹ ਕਦੇ ਬਿਜ਼ੀ ਆਉਂਦੇ ਆਪਣੇ। ਜੇ ਕੋਈ ਮੈਂ DC ਨਾ ਹੋ ਗਿਆ, DC ਨੇ ਜਿਹੜਾ ਨੰਬਰ ਸੋਰਸ ਕੀਤਾ, ਮੈਂ ਗੱਲ ਕੀਤੀ ਹੈਗੀ ਆ, ਅਤੇ ਉਹਨਾਂ ਕਿਹਾ ਜੀ ਤੁਸੀਂ SSP ਦਫ਼ਤਰ ਆਪਣੇ ਨੰਬਰ ਲੈ ਲਓ, ਪ੍ਰੋਟੈਕਸ਼ਨ ਨੰਬਰ, ਜਿਹਦੇ ਵਿੱਚ ਮਤਲਬ ਕਿ ਤੁਹਾਨੂੰ ਪਰਮਿਸ਼ਨ ਮਿਲ ਜਾਏਗੀ ਲੋਕਾਂ ਘਰ ਸੁਵਿਧਾ ਦੇਣ ਦੀ, ਅਤੇ ਆਪਾਂ ਤੁਹਾਨੂੰ ਰਾਸ਼ਨ ਦੇ ਦਾਂਗੇ। ਉਸ ਤੋਂ ਬਾਅਦ SDN ਮੈਂ ਗੱਲ ਹੋਈ, SDM ਸਾਹਿਬ ਕੀ ਕਰ ਰਹੇ ਨੇ, ਉਹਨਾਂ ਦੇ ਜਿਹੜੇ ਕੋਈ ਬੰਦੇ ਨੇ ਫੋਨ ਚੁੱਕਣ ਵਾਲੇ, ਉਹਨਾਂ ਕਿਹਾ ਜੀ ਆਪਾਂ ਜੀ ਤੁਹਾਨੂੰ ਇੱਦਾਂ ਵੀ ਤੁਸੀਂ ਇਹ ਸਾਰਾ BLO ਨੇ ਕੰਮ ਕਰਨਾ, ਸਰਵੇ ਉਹਨੇ ਕਰਨਾ ਹੈਗਾ, ਅਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝੀ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝੀ ਟੀਵੀ।